ਹਾਂਜੀ ਸਵਾਗਤ ਹੈ ਤੁਹਾਡਾ ਸਾਰਿਆਂ ਦਾ ਸਾਡੇ YouTube ਚੈਨਲ ਅਰਮ ਸਟੱਡੀ ਵਿਦ ਜੋਬ ਅਲਰਟ ਤੇ ਸੋ ਅੱਜ ਇਹ ਅਪਡੇਟ ਤੁਹਾਡੇ ਨਾਲ ਸ਼ੇਅਰ ਕਰਨ ਜਾ ਰਹੇ ਹਾਂ ਅੱਜ ਪੰਜਾਬ ਕੈਬਨਿਟ ਦੀ ਮੀਟਿੰਗ ਦੇ ਵਿੱਚ ਭਰਤੀਆਂ ਨਾਲ ਸੰਬੰਧਿਤ ਫੈਸਲਾ ਜਿਹੜਾ ਲਿਆ ਗਿਆ ਹੈ ਸੋ ਪੰਜਾਬ ਸਰਕਾਰ ਇਹ ਜਿਹੜੀ ਹੁਣ ਭਰਤੀਆਂ ਕਰਨ ਜਾ ਰਹੀ ਹੈ ਕਿਹੜੇ ਕਿਹੜੇ ਵਿਭਾਗਾਂ ਦੇ ਵਿੱਚ ਪੋਸਟ ਆਉਣਗੀਆਂ ਪੂਰੀ ਜਾਣਕਾਰੀ ਤੁਹਾਡੇ ਨਾਲ ਸ਼ੇਅਰ ਕਰਾਂਗੇ ਤਾਂ ਅੱਜ ਦੀ ਪੰਜਾਬ ਕੈਬਨਿਟ ਮੀਟਿੰਗ ਦੇ ਵਿੱਚ ਵੱਡੇ ਫੈਸਲੇ ਲਏ ਗਏ ਨੇ ਮੰਤਰੀ ਹਰਪਾਲ ਚੀਮਾ ਨੇ ਕਿਹਾ ਕਿ ਹੁਣ ਹਰ ਸਾਲ ਪੰਜਾਬ ਦੇ ਵਿੱਚ 1800 ਸਿਪਾਹੀ ਆ ਜਿਹੜੇ ਭਰਤੀ ਕੀਤੇ ਜਾਣਗੇ ਉਹਨਾਂ ਕਹਿ ਕਿ ਉਹ ਪ੍ਰਕਿਰਿਆ ਪ ਆਇਸ ਹਾਲ ਹੈ ਜਿਹੜੀ ਹੋਇਆ ਕਰੇਗੀ ਸੋ ਪਹਿਲੇ ਨੰਬਰ ਤੇ ਆਉਣ ਜਾ ਰਹੀ ਹੈ ਜੀ ਪੰਜਾਬ ਪੁਲਿਸ ਭਰਤੀ ਸੋ ਹਰਪਾਲ ਚੀਮਾ ਜੋ ਵਿੱਤ ਮੰਤਰੀ ਨੇ ਇਹਨਾਂ ਕਹਿ ਕੇ ਕੈਬਨਿਟ ਦੇ ਵਿੱਚ ਫੈਸਲਾ ਲਿਆ ਗਿਆ ਕਿ ਹਰ ਸਾਲ ਪੰਜਾਬ ਦੇ ਵਿੱਚ 1800 ਸਿਪਾਹੀ ਜਿਹੜੇ ਭਰਤੀ ਕੀਤੇ ਜਾਣਗੇ ਪਹਿਲਾਂ ਇਹ ਭਰਤੀ ਸੀ ਜਿਹੜੀ 4 ਸਾਲ ਬਾਅਦ ਸਰਕਾਰ ਕੱਢਦੀ ਸੀ ਜਦੋਂ ਵੋਟਾਂ ਆ ਜਾਂਦੀਆਂ ਸੀ ਪਰ ਹੁਣ ਹਰ ਸਾਲ 1800 ਜਿਹੜੇ ਨੌਜਵਾਨ ਨੇ ਪੰਜਾਬ ਪੁਲਿਸ ਦੇ ਵਿੱਚ ਭਰਤੀ ਕੀਤੇ ਜਾਣਗੇ ਇਸ ਤੋਂ ਬਾਅਦ 300 ਸਬ ਇੰਸਪੈਕਟਰਾਂ ਦੀ ਭਰਤੀ ਹੋਏਗੀ ਜੋ ਹਰ ਸਾਲ ਹੋਇਆ ਕਰੇਗੀ। ਸੋ ਇਸ ਦੌਰਾਨ ਵੀ ਵਿੱਤ ਮੰਤਰੀ ਨੇ ਕਿਹਾ ਕਿ ਪੰਜਾਬ ਪੁਲਿਸ ਦੇ 300 ਸਬ ਇੰਸਪੈਕਟਰਾਂ ਦੀ ਭਰਤੀ ਕੀਤੀ ਜਾਵੇਗੀ ਅਤੇ ਇਹ ਪ੍ਰਕਿਰਿਆ ਵੀ ਇਸੇ ਤਰ੍ਹਾਂ ਹੀ ਆਏ ਸਾਲ ਹੋਇਆ ਕਰੇਗੀ। ਇਸ ਤੋਂ ਬਾਅਦ 5 ਤੋਂ 30 ਸਤੰਬਰ ਤੱਕ ਫਿਜ਼ੀਕਲ ਟੈਸਟ ਦੀ ਵੀ ਇਹਨਾਂ ਨੇ ਜਾਣਕਾਰੀ ਦਿੱਤੀ ਹੈ। ਜਿਹਦੇ ਵਿੱਚ ਦੱਸਿਆ ਕਿ ਇਸ ਸਾਲ ਸਤੰਬਰ ਦੇ ਮਹੀਨੇ 15 ਤੋਂ 30 ਸਾਲ ਤੱਕ ਫਿਜ਼ੀਕਲ ਟੈਸਟ ਸੌਰੀ ਸਤੰਬਰ ਕਿਹਾ ਸੀ ਨੇ ਸਾਲ ਉਮਰ ਕਿਹਾ ਗਿਆ 15 ਤੋਂ 30 ਸਤੰਬਰ ਤੱਕ ਫਿਜ਼ੀਕਲ ਟੈਸਟ ਹੋਇਆ ਜਾਏਗਾ। ਇੱਕ ਕਨਫਰਮ ਕਰ ਦਿੱਤਾ ਹੈ। ਜਿਦੇ ਵਿੱਚ ਹਰ ਇੱਕ ਅਸਾਮੀਆਂ ਸ਼ਾਮਿਲ ਨੇ ਉਹਨਾਂ ਕਹੇ ਕਿ ਇਸ ਸਬੰਧੀ ਇਸ਼ਤਿਹਾਰ ਵੀ ਜਿਹੜਾ ਜਾਰੀ ਹੋਇਆ ਕਰੇਗਾ ਇਸ ਤੋਂ ਬਾਅਦ ਜਾਣਕਾਰੀ ਉਹਨਾਂ ਨੇ ਦਿੱਤੀ ਹੈ ਕਿ ਪੰਜਾਬ ਸਰਕਾਰ ਐਨ ਸੀ ਸੀ ਨੈਸ਼ਨਲ ਕੈਡਿਟਰ ਕੋਰ ਦੀਆਂ ਬਹੁਤ ਸਾਰੀਆਂ ਪੋਸਟਾਂ ਨੇ ਖਾਲੀ ਪਈਆਂ ਨੇ ਜਿਦੇ ਵਿੱਚ ਸਰਕਾਰ ਨੇ 203 ਖਾਲੀ ਅਸਾਮੀਆਂ ਭਰਨ ਦਾ ਇਸ਼ਤਿਹਾਰ ਜਾਰੀ ਕੀਤਾ ਹੈ ਇਸ ਦੇ ਨਾਲ ਹੀ ਉਹਨਾਂ ਨੇ ਕਿਹਾ ਕਿ ਪੰਜਾਬ ਸਰਕਾਰ ਪਟਵਾਰੀ ਦੀਆਂ 710 ਖਾਲੀ ਅਸਾਮੀਆਂ ਵੀ ਇਸੇ ਸਾਲ ਹੀ ਭਰੀਆਂ ਜਾਣਗੀਆਂ ਸੋ ਆਉਣ ਵਾਲੇ ਦਿਨਾਂ ਦੇ ਵਿੱਚ ਸਾਰੇ ਵਿਭਾਗਾਂ ਦੇ ਵਿੱਚ ਲਗਭਗ ਇਹੜੀਆਂ ਪੋਸਟਾਂ ਆਊਟ ਹੋਣਗੀਆਂ ਸੋ ਇੱਥੇ ਇੱਕ ਗੱਲ ਦੀ ਕਮੀ ਰਹੀ ਹੈ ਜੋ ਖਾਸ ਕਰ ਅਧਿਆਪਕਾਂ ਦੀਆਂ ਪੋਸਟਾਂ ਨੂੰ ਲੈ ਕੇ ਕੋਈ ਜਾਣਕਾਰੀ ਸਾਂਝੀ ਨਹੀਂ ਕੀਤੀ ਗਈ ਪਰ ਪਹਿਲਾਂ ਬਿਆਨ ਜ਼ਰੂਰ ਆਏ ਨੇ ਇੱਕ ਦੋ ਵਾਰ ਕਿ ਜਲਦੀ ਹੈ ਜਿਹੜੀ 41 ਘਾਟ ਭਰਤੀ ਮੁਕੰਮਲ ਹੋਏਗੀ ਇਸ ਤੋਂ ਬਾਅਦ ਜਿੰਨੀਆਂ ਵੀ ਪੋਸਟਾਂ ਖਾਲੀ ਪਈਆਂ ਨੇ ਉਹਦੀ ਡਿਟੇਲ ਮੰਗੀ ਜਾਏਗੀ ਜਿੰਨੀਆਂ ਪੋਸਟਾਂ ਖਾਲੀ ਹੋਈਆਂ ਉਦਾਸ ਇਤਿਆਰ ਜਾਰੀ ਕੀਤਾ ਜਾਏਗਾ ਇਸ ਤੋਂ ਬਾਅਦ 15000 ਅਸਾਮੀਆਂ ਨੂੰ ਜੋ ਅਧਿਆਪਕ ਭਰਤੀ ਹੈ ਇਹਨੂੰ ਲੈ ਕੇ ਵੀ ਜਿਹੜੀ ਅਪਡੇਟ ਪਹਿਲਾਂ ਆ ਚੁੱਕੀ ਹੈ ਸੋ ਡੇਲੀ ਅਪਡੇਟ ਮਿਲਦੀ ਰਹੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਿਓ ਵੀਡੀਓ ਨੂੰ ਅੱਗੇ ਵੱਧ ਤੋਂ ਵੱਧ ਸ਼ੇਅਰ ਜਰੂਰ ਕਰ ਦਿਓ ਧੰਨਵਾਦ ਜੀ